ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚੇ ਹਾਂ ਇੱਥੇ ਜਿਹੜਾ ਹਿਮਾਚਲ ਅਤੇ ਪੰਜਾਬ ਦਾ ਬਾਰਡਰ ਹੈ, ਅਤੇ ਇਹ ਜਿਹੜੇ ਸਿੰਘ ਨੇ ਬੜੇ ਚਾਨਣ ਕਰੇ ਨੇ। ਹਾਂ, ਇਹ ਜਿਹੜੇ ਸਿੰਘ ਪਹੁੰਚੇ ਨੇ, ਆ ਦੇਖੋ ਤੁਸੀਂ ਸਿੰਘ। ਤਾਂ ਛੋਟੇ ਵੀਰ, ਕੀ ਘਟਨਾ ਅਸਲ, ਕਿਵੇਂ ਤੁਹਾਨੂੰ, ਕਿੱਥੇ ਝੰਡੇ ਲਵਾਏ ਗਏ ਨੇ, ਕਿੱਥੇ ਗੱਲ ਹੋਈ ਆ, ਕਿੱਥੇ ਚਲਾਣ ਹੋਏ ਨੇ, ਸਾਰੀ ਗੱਲ। ਚਲਾਣ ਹੋਏ ਆ ਜੀ ਮੰਡੀ ਤੋਂ, ਥੋੜ੍ਹਾ ਮੰਡੀ ਤੋਂ ਅੱਗੇ ਜਾ ਕੇ ਚਲਾਣ ਕੱਢਦੇ ਪਏ ਸੀ ਕੁਝ ਮੋਟਰਸਾਈਕਲ ਡੱਕੇ, ਇਹਨਾਂ ਘੱਟੋ ਘੱਟ 50-60 ਮੋਟਰਸਾਈਕਲ ਹੋਣੇ ਆ, ਜਿਹਨਾਂ 'ਤੇ ਕੇਸਰੀ ਝੰਡੇ, ਨੀਲੇ ਝੰਡੇ, ਸੰਤ ਕਰਨੈਲ ਸਿੰਘ ਭਿੰਡਰ ਵਾਲੇ ਦੇ ਝੰਡੇ ਸੀ, ਬਾਈ ਦੀਪ ਸਿੰਘ ਦੇ ਝੰਡੇ ਸੀ, ਉਹ ਸਾਰੇ ਇਹਨਾਂ ਲਵਾ ਕੇ ਅਤੇ ਡਾਂਗਾ ਤੋੜ ਕੇ ਅਤੇ ਚਲਾਣ ਵੀ ਕੱਟੇ ਕਈ ਮੋਟਰਸਾਈਕਲਾਂ ਦੇ ਇਹਨਾਂ, ਅਤੇ ਬਾਅਦ ਵਿੱਚ ਅੱਗੇ ਉਹਨਾਂ ਨੂੰ ਕੀ ਆਉਂਦਾ ਵਾ, ਇਹਨਾਂ ਨੇ ਇਹ ਕਿਹਾ ਵੀ ਦੀਪ ਸਿੰਘ ਦੇ ਝੰਡਿਆਂ ਦੇ ਵਿੱਚ ਚਲਾਣ, ਕਰਨੈਲ ਸਿੰਘ ਭਿੰਡਰ ਵਾਲਿਆਂ ਨੂੰ ਅੱਤਵਾਦੀ ਕਹਿੰਦੇ। ਅੱਛਾ, ਵੀ ਉਹਨਾਂ ਦੇ ਨਹੀਂ ਲਾਏ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਆ, ਤੇ ਬਾਈ ਦੀਪ ਸਿੰਘ ਦੇ ਝੰਡੇ ਦੇ 10,000 ਰੁਪਇਆ ਚਲਾਣ ਇਹਨਾਂ ਦੱਸਿਆ ਗਿਆ ਜੀ, 10,000 ਰੁਪਇਆ ਚਲਾਣ। ਇਹ ਤੁਸੀਂ ਜਿਹੜੇ ਨੌਜਵਾਨ ਨੇ ਪ੍ਰਤੱਖ ਦੇਖ ਸਕਦੇ ਹੋ, ਸਾਰੇ ਜਿਹੜੇ ਨੇ ਇਹ ਆਏ ਨੇ, ਆਹ ਕੇਸਰੀ ਨਿਸ਼ਾਨ ਜਿਹੜੇ ਨੇ ਝੂਲ ਰਹੇ ਨੇ ਪੰਥ ਦੇ, ਅਤੇ ਇਹਨਾਂ ਨੇ ਹੁਣ ਇੱਥੇ ਲਾਏ ਆ। ਪਿੱਛੇ ਇਹਨਾਂ ਦੀ ਚੌਂਕੀ ਆ ਜਿਹੜੀ ਆ, ਤੁਹਾਨੂੰ ਥੋੜ੍ਹਾ ਦਿਖਾ ਦਿੰਦੇ ਹਾਂ, ਇਹ ਚੌਂਕੀ ਆ ਹਿਮਾਚਲ ਦੀ, ਇੱਥੇ ਇਹਨਾਂ ਨੇ ਇਹ ਡਾਂਗਾ ਲਾ ਲੈਂਦੇ ਨੇ, ਇਹਨਾਂ ਨੂੰ ਇੱਥੇ ਦੱਸਦੇ ਨੇ ਕਿ ਅੱਗੇ ਤੁਹਾਡਾ ਚਲਾਣ ਹੋਊਗਾ ਅਤੇ ਤੁਸੀਂ ਇੱਥੇ ਹੀ ਇਹ ਲਾ ਕੇ ਰੱਖ ਜਾਓ। ਤਾਂ ਇਹਨਾਂ ਦਾ ਪ੍ਰਤੱਖ ਇਹ ਕਹਿਣਾ ਆ ਕਿ ਜਿਹੜਾ ਦੀਪ ਸਿੱਧੂ ਦਾ ਅਤੇ ਜਿਹੜਾ ਹੈਗਾ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਸ਼ਹੀਦ ਨੇ, ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਲਾ ਕੇ ਜਿਹੜੇ ਜਾਣਗੇ, ਉਹਨਾਂ ਦਾ 10,000 ਰੁਪਏ ਦਾ ਚਲਾਣ ਹੋਊਗਾ। ਇੱਦਾਂ ਹੀ ਹੈ ਜੀ, ਅਤੇ ਉੱਥੇ ਚਲਾਣ ਹੋਏ ਨੇ ਤੁਹਾਡੇ ਸਾਹਮਣੇ, ਹੈ ਤੁਹਾਡੇ ਇਹਨਾਂ ਦੇ ਸਾਹਮਣੇ ਇਹ ਪ੍ਰਤੱਖ ਨੇ, ਸਾਡੇ ਮੋਟਰਸਾਈਕਲ ਝੰਡੇ ਨਹੀਂ ਲੱਗੇ ਸੀ, ਤੁਸੀਂ ਦੇਖ ਸਕਦੇ ਹੋ ਕਿ ਇਹ ਹਿਮਾਚਲ ਦਾ ਬਾਰਡਰ ਆ। ਪਿੱਛੇ ਤੁਸੀਂ ਦੇਖ ਸਕਦੇ ਹੋ, ਇਹ ਤੁਹਾਨੂੰ ਥੋੜੀ ਜ਼ੂਮ ਕਰਕੇ ਅਸੀਂ ਦਿਖਾ ਦਿੰਦੇ ਹਾਂ, ਇਹ ਉਹਨਾਂ ਦਾ ਮੁਲਾਜ਼ਮ ਵੀ ਖੜਾ ਦੇਖ ਸਕਦੇ ਹੋ ਤੁਸੀਂ, ਇਹ ਜਾ ਰਿਹਾ ਆ ਇੱਧਰ, ਆ ਦੇਖੋ ਇਹ ਇੱਥੇ ਖੜੇ ਨੇ। ਇੱਥੇ ਡਾਂਗਾਂ ਵੀ ਬਹੁਤ ਪਈਆਂ ਨੇ ਅਤੇ ਜਿਹੜੇ ਨਿਸ਼ਾਨ ਨੇ ਉਹ ਵੀ ਇਹ ਕਹਿੰਦੇ ਨੇ ਵੀ ਤੁਸੀਂ ਲਾ ਲਓ, ਅਤੇ ਜੇ ਕੋਈ ਬਹੁਤ ਸੀਨੀਅਰ ਬੰਦਾ ਗੱਲ ਕਰਦਾ ਤਾਂ ਉਹਨੂੰ ਇਹ ਟਾਲ ਦਿੰਦੇ ਨੇ ਜੀ, ਐਕਸੀਡੈਂਟ ਹੁੰਦੇ ਨੇ। ਪਰ ਉੱਥੇ ਇਹਨਾਂ ਨੇ ਇਹ ਗੱਲ ਕਹੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਦੀਪ ਸਿੱਧੂ ਦਾ ਜਿਹੜਾ, ਦੋਨਾਂ ਨੂੰ ਹੀ, ਹਾਂਜੀ ਦੋਨਾਂ ਨੂੰ। ਚਲੋ, ਦੋ ਗੱਲਾਂ ਹੋ ਗਈਆਂ, ਇੱਕ ਤਾਂ ਇਹ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਦੀਪ ਸਿੱਧੂ ਨੂੰ ਵੀ ਉਸੇ ਤੱਕੜੀ 'ਚ ਤੋਲ ਰਹੇ ਨੇ ਜਿੱਥੇ ਦਾ ਉਹ ਹੈ ਸੀ। ਇਹ ਗੱਲ ਬਿਲਕੁਲ ਸਹੀ ਆ ਕਿ ਦੀਪ ਸਿੱਧੂ ਇਹਨਾਂ ਵਾਸਤੇ ਅੱਤਵਾਦੀ ਹੀ ਹੈ, ਸਾਡਾ ਉਹ ਹੀਰੋ ਆ। ਤੁਹਾਨੂੰ ਲੱਗਦਾ ਕਿ ਦੀਪ ਸਿੱਧੂ ਅੱਤਵਾਦੀ? ਨਹੀਂ, ਹੀਰਾ ਬੰਦਾ ਸੀ, ਹੀਰਾ ਬੰਦਾ ਸੀ। ਤੁਹਾਨੂੰ ਲੱਗਦੀ ਕੋਈ ਇੱਦਾਂ ਦੀ ਗੱਲ? ਨਹੀਂ ਜੀ, ਨਹੀਂ ਨਹੀਂ ਲੱਗਦੀ। ਇਹ ਨੌਜਵਾਨ ਕਹਿੰਦੇ ਨੇ ਕਿ ਉਹ ਹੀਰਾ ਸੀ ਅਤੇ ਉਹ ਹੀਰੋ ਸੀ, ਤਾਂ ਇਸ ਕਰਕੇ ਸਾਡੇ ਜਿਹੜੇ ਹੀਰੋ ਨੇ ਉਹਨਾਂ ਦਾ ਜਿਹੜਾ ਆ ਇਹ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਨੇ, ਹਿਮਾਚਲ ਸਰਕਾਰ ਜਿਹੜੀ 10,000 ਰੁਪਏ ਦਾ ਚਲਾਣ ਕਰ ਰਹੀ ਹੈ ਦੀਪ ਸਿੱਧੂ ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਜਿਹੜੀ ਤਸਵੀਰ ਆ ਉਹਦਾ ਜਿਹੜਾ ਚਲਾਣ ਕਰ ਰਹੇ ਨੇ। ਅਤੇ ਇਹ ਨੌਜਵਾਨ ਜਿਹੜੇ ਨੇ ਤੁਹਾਡੇ ਸਾਹਮਣੇ ਪ੍ਰਤੱਖ ਤੁਸੀਂ ਦੇਖ ਸਕਦੇ ਹੋ, ਇਹ ਆਏ ਨੇ, ਇਹ ਪਿੱਛੇ ਚੌਂਕੀ ਆ, ਇਹ ਇਹਨਾਂ ਦੇ ਛਾਣ ਨੇ। ਅਤੇ ਅਸੀਂ ਮੇਰੇ ਖਿਆਲ 'ਚ ਅਸੀਂ ਜਾਣਾ ਸੀਗਾ ਮੰਡੀ, ਪਰ ਸਾਡਾ ਜਿਹੜਾ ਲਗਭਗ ਜਿਹੜਾ ਸਫ਼ਰ ਸੀ ਉਹ ਇੱਥੇ ਅਸੀਂ ਇਹਨੂੰ ਮੁਕਾਵਾਂਗੇ।
ਅਸੀਂ ਪੰਥ ਨਾਲ ਗੱਲ ਕਰਕੇ ਅਤੇ ਅਗਲਾ ਪ੍ਰੋਗਰਾਮ ਜਿਹੜਾ ਆ ਉਹ ਸਵੇਰ ਤੱਕ ਅਸੀਂ ਜ਼ਰੂਰ ਦੇਵਾਂਗੇ, ਕਿਉਂਕਿ ਸਵੇਰੇ ਜਿਹੜਾ ਹੋਲਾ ਮਹੱਲਾ ਆ, ਇਸ ਕਰਕੇ ਅਸੀਂ ਸ਼ਾਇਦ ਜਿਹੜਾ ਆ ਆਫਟਰ ਲੰਚ ਦਾ ਪ੍ਰੋਗਰਾਮ ਦਈਏ, ਕਿਉਂਕਿ ਹੋਲੇ ਮਹੱਲੇ ਵਿੱਚ ਅਸੀਂ ਕਿਸੇ ਕਿਸਮ ਦਾ ਕੋਈ ਵਿਘਨ ਨਹੀਂ ਪਾਉਣਾ ਚਾਹੁੰਦੇ। ਪਰ ਅਸੀਂ ਸਖ਼ਤ ਸਟੈਂਡ ਇਹਦੇ ਉੱਤੇ ਜ਼ਰੂਰ ਲਾਵਾਂਗੇ ਕਿ ਜਿਹੜੇ ਝੂਲ ਅਤੇ ਨਿਸ਼ਾਨ ਪੰਥ ਮਹਾਰਾਜ ਕੇ ਨੇ, ਉਹਨਾਂ ਦੇ ਉੱਤੇ ਹਿੰਦ ਹਕੂਮਤ ਦੀਆਂ ਜਿਹੜੀਆਂ ਸੂਬੇਦਾਰ ਨੇ, ਜਿਹੜੀਆਂ ਸਟੇਟਾਂ ਨੇ, ਉਹ ਜਿਹੜੀਆਂ ਹਿੰਦ ਹਕੂਮਤ ਦੀਆਂ ਜਿਹੜੀਆਂ ਸਟੇਟਾਂ ਨੇ, ਜਿਹੜੇ ਇਹਨਾਂ ਦੇ ਸੂਬੇਦਾਰ ਨੇ, ਉਹ ਸਾਨੂੰ ਸਬਕ ਸਿਖਾਉਣ ਦੀ ਜਿਹੜੀ ਕਵੈਦ ਜਿਹੜੀ ਰਚ ਰਹੇ ਨੇ, ਇਹ ਇਸ ਗੱਲ ਦਾ ਖਮਿਆਜ਼ਾ ਇਹਨਾਂ ਸਟੇਟਾਂ ਨੂੰ ਭੁਗਤਣਾ ਪਊਗਾ, ਕਿਉਂਕਿ ਪੰਜਾਬ ਦੇ ਵਿੱਚੋਂ ਸੈਂਕੜੇ ਨਹੀਂ ਲੱਖਾਂ ਇਹਨਾਂ ਦੇ ਸ਼ਰਧਾਲੂ ਲੰਘ ਕੇ ਜਾਂਦੇ ਨੇ। ਅੱਜ ਤੱਕ ਕਦੀ ਵੀ ਮਾਝੇ ਦੇ ਵਿੱਚੋਂ ਅੱਗੇ ਅਮਰਗੜ੍ਹ ਨੂੰ, ਅਮਰਨਾਥ ਨੂੰ ਜਾਂਦੇ ਨੇ, ਜੰਮੂ ਨੂੰ ਜਾਂਦੇ ਨੇ, ਜਾਂ ਹੋਰ ਜਿੰਨੇ ਵੀ ਇਹਨਾਂ ਦੇ ਧਾਰਮਿਕ ਸਥਾਨ ਨੇ ਉੱਥੇ ਜਾਂਦੇ ਨੇ। ਕਦੀ ਵੀ ਕਿਸੇ ਸਿੱਖ ਨੇ ਪੰਜਾਬ ਦੇ ਵਿੱਚ ਕਿਤੇ ਵੀ ਬਟਾਲੇ 'ਚ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ ਜਾਂ ਜਿਹੜਾ ਅਨੰਦਪੁਰ ਸਾਹਿਬ, ਰੋਪੜ ਦੇ ਇੱਧਰ ਦੇ ਜਿਹੜੇ ਜ਼ਿਲ੍ਹੇ ਨੇ, ਕਦੀ ਵੀ ਕਿਸੇ ਨੇ 19-21 ਗੱਲ ਨਹੀਂ ਕੀਤੀ ਕਿਸੇ ਵੀ ਇਹਨਾਂ ਦੇ ਝੰਡੇ ਤੋਂ, ਕਿਸੇ ਤਰਸੂਲ ਤੋਂ। ਸਾਨੂੰ ਕੋਈ ਵੀ ਪ੍ਰੋਬਲਮ ਨਹੀਂ, ਪਰ ਸਾਨੂੰ ਪ੍ਰੋਬਲਮ ਇਸ ਗੱਲ ਤੋਂ ਹੈ ਕਿ ਜੇ ਤੁਸੀਂ ਸਾਡੇ ਕੇਸਰੀ ਨਿਸ਼ਾਨਾਂ ਦੇ ਉੱਤੇ ਤੁਹਾਨੂੰ ਤਕਲੀਫ ਹੈ, ਤਾਂ ਫਿਰ ਇਹਦੇ ਬਾਰੇ ਅਸੀਂ ਜ਼ਰੂਰ ਸੋਚਾਂਗੇ ਕਿ ਤੁਹਾਨੂੰ ਤੁਹਾਡੀ ਤਕਲੀਫ ਜਿਹੜੀ ਆ ਉਹ ਘੱਟ ਕੀਤੀ ਜਾਵੇ, ਕਿਉਂਕਿ ਪਹਿਲਾਂ ਵੀ ਸਾਨੂੰ, ਸਾਡੇ ਪੁਰਖਿਆਂ ਨੂੰ, ਸਾਡੇ ਵੱਡਿਆਂ ਨੂੰ ਤੁਸੀਂ ਹਥਿਆਰਬੰਦ ਸੰਘਰਸ਼ ਵੱਲ ਧੱਕਿਆ, ਅਤੇ ਹੁਣ ਫਿਰ ਹੀ ਉਹਨਾਂ ਰਾਹਾਂ 'ਤੇ ਤੁਸੀਂ ਚੱਲ ਰਹੇ ਹੋ। ਇਹ ਤੁਸੀਂ ਤੈਅ ਨਹੀਂ ਕਰੋਗੇ ਗੰਗੂ ਦੀ ਔਲਾਦੋ ਕਿ ਅਸੀਂ ਨਿਸ਼ਾਨ ਕਿਹੜੇ ਲਾਉਣੇ ਨੇ ਅਤੇ ਸਾਡੇ ਹੀਰੋ ਕਿਹੜੇ ਨੇ, ਇਹ ਤੈਅ ਖਾਲਸਾ ਪੰਥ ਕਰੂਗਾ, ਤੁਸੀਂ ਨਹੀਂ ਕਰ ਸਕਦੇ। ਸੋ ਗੱਲ ਉਹੀ ਹੋਣੀ ਆ ਜਿਹੜੀ ਖਾਲਸੇ ਪੰਥ ਨੇ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।